ब्रेक ਤੋਂ ਬਾਅਦ ਮੁਰਤ ਤੋਂ ਸਵਾਗਤ ਹੈ ਰੁਕ ਕਰਾਂਗੇ ਅਗਲੀ ਖਬਰ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਇਕਾਂ ਦੀ ਪੈਨਸ਼ਨ ਤੇ ਲੈ ਕੇ ਫੈਸਲੇ ਦਾ ਕਾਂਗਰਸ ਐਮਐਲਏ ਸੁਖਪਾਲ ਸਿੰਘ ਖੈਰਾ ਨੇ ਸਮਰਥਨ ਕੀਤਾ ਆਪਣੇ ਟਵੀਟ ਵਿੱਚਾਂ ਨਾਲ ਲਿਖਿਆ ਭਗਵੰਤ ਮਾਨ ਵੱਲੋਂ ਸਾਬਕਾ ਵਿਧਾਇਕਾਂ ਦੀ ਇੱਕ ਪੈਨਸ਼ਨ ਤੇ ਲੈ ਕੇ ਫੈਸਲੇ ਦਾ ਮੈਂ ਸਵਾਗਤ ਕਰਦਾ ਹਾਂ ਇੱਕ ਪੈਨਸ਼ਨ ਜਾਇਜ਼ ਹੈ ਕਿਉਂਕਿ ਬਹੁਤ ਸਾਰੇ ਵਿਧਾਇਕਾਂ ਨੇ ਰਾਜਨੀਤੀ ਵਿੱਚ ਜੀਵਨ ਭਰ ਯੋਗਦਾਨ ਪਾਇਆ ਦੱਸਦਾ ਇਹ ਅੱਜ ਦੇ ਸੀਐਮ ਭਗਵੰਤ ਮਾਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਜੋ ਵਿਵਿਦਾਇਕ ਹੋਣਗੇ ਉਹਨਾਂ ਨੂੰ ਇੱਕ ਟਰਮ ਦੀ ਹੀ ਪੈਨਸ਼ਨ ਮਿਲੇਗੀ ਭਾਵੇਂ ਉਹ ਜਿੰਨੀ ਵਾਰ ਵੀ ਜਿੱਤੇ ਹੋਣ ਪਰ ਜੋ ਪੈਨਸ਼ਨ ਮਿਲੇਗੀ ਉਹ ਇੱਕ ਟਰਮ ਦੀ ਹੋਵੇਗੀ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖਜ਼ਾਨੇ ਤੇ ਵਾਧੂ ਬੋਝ ਪੈਂਦਾ ਹੈ ਤੇ ਉਹ ਜੋ ਵੀ ਇਹ ਰਾਸ਼ੀ ਹੋਵੇਗੀ ਉਸ ਨੂੰ ਪਬਲਿਕ ਵੈਲਫੇਅਰ ਦੇ ਲਈ ਵਰਤਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਇਕਾਂ ਦੀ ਪੈਨਸ਼ਨ ਤੇ ਲਏ ਫੈਸਲੇ ਦਾ ਕਾਂਗਰਸੀ ਐਮਐਲਏ ਸਖਪਾਲ ਸਿੰਘ ਖੈਰਾ ਨੇ ਸਮਰਥਨ ਕੀਤਾ ਉਹਨਾਂ ਟਵੀਟ ਕੀਤਾ جس ਵਿੱਚ انہوں نے کہا بھگوانت مان ਵੱਲੋਂ ਸਾਬਕਾ ਵਿਧਾਇਕਾਂ ਦੀ ਇੱਕ পেনশন ਤੇ ਲਏ فیصلے ਦਾ ਮੈਂ ਸਵਾਗਤ ਕਰਦਾ ਹਾਂ ਇੱਕ পেনশন ਜਾਇਜ਼ ਹੈ ਕਿਉਂਕਿ ਬਹੁਤ ਸਾਰੇ ਵਿਧਾਇਕਾਂ ਨੇ ਰਾਜਨੀਤੀ ਵਿੱਚ ਜੀਵਨ ਭਰ ਯੋਗਦਾਨ ਪਾਇਆ